मैं पहले चंद दिन पहले किया सी के फॉर्मूला नंबर 44 मैं दे के आऊंगा, वो मैं दे आंदा। प्लेटफॉर्म ते आ सकन ते पंजाब दे विच असीं कांग्रेस दी सरकार फिर रह के आ सकन। अगला चुनाव जिहड़ा की है ओह सीएम साहब दे चेहरे ते कैप्टन अमरिंदर सिंह दे चेहरे ते लड़िया जा सकदा। देखो ये सारियां गल्लां दा जवाब ते पार्टी हाई कमांड ने देना है, मैं ते अपने सजेशन दित्ते नहीं, मेरी कोई इहो जी असैसमेंट है नहीं। ये सारियां चीजां ते पार्टी हाई कमांड ने करनियां ने, तो इस गल कारण मैं अपना जिहड़ा फार्मूला जिस तरह कहिंदे ने 22 दून किन्ने हुंदे ने 44 ਉਹ ਮੈਂ ਦੇ ਆਂਦਾ। ਸਾਨੂੰ ਬਕਾਇਦਾ ਤੌਰ ਪ੍ਰਬੰਧ ਕੀਤਾ ਗਿਆ ਕਿ ਪ੍ਰੈਸ ਨੂੰ ਜ਼ਰੂਰ ਗੱਲ ਕਰੋ ਕਿਉਂਕਿ ਤੁਹਾਡੇ ਤੋਂ ਬਿਨਾਂ ਸਾਡੀ ਲੋਕਾਂ 'ਚ ਗੱਲ ਨਹੀਂ ਜਾਏਗੀ। ਬਟ ਪੰਜਾਬ ਦੀ ਬਿਹਤਰੀ ਵਾਸਤੇ ਕੀਤੇ ਹੋਏ ਵਾਅਦੇ ਜਿਹੜੇ ਨੇ ਐਂਡ ਵਿਸ਼ੇਸ਼ ਤੌਰ ਜਿਹੜੇ ਗੁਰੂ ਨਾਲ ਕੀਤੇ ਹੋਏ ਵਾਅਦੇ ਉਹਨਾਂ ਦੀ ਨਿਭਾਉਣ ਦੀ ਅਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਪ੍ਰਸਕ੍ਰਾਈਬ ਟਾਈਮ ਦੇ ਵਿੱਚ ਜਲਦੀ ਤੋਂ ਜਲਦੀ ਨਿਭਾਉਣਾ ਹੀ ਪਏਗਾ ਸਾਨੂੰ। ਪਰ ਤੁਸੀਂ ਹੋਪਫੁਲ ਹੋ ਕਿ ਹੋਏਗਾ ਜਸਟਿਸ? ਕਰਨਾ ਹੀ ਪਏਗਾ ਜੀ, करना ही पेगा। चलो कम चलिया, गवर्नमेंट का किस हिसाब चलिया। हां जी, होर कोई कोई गल है? बेअदबी मसले नूं लैके काफी जिहड़ी चर्चा है, कैप्टन अमरिंदर सिंह नूं अंदर कहिंदे सारे विधायक भी घेर रहे आ ते मंत्री भी घेर रहे आ, बदलन दी कह रहे आ भी कैप्टन अमरिंदर सिंह नूं बदलना चाहिए। मैं ये नहीं कोई भी गल तुहाडे नाल कह सकदा, मैं इन्नी गल कह सकदा सारे चाहुंदे ने कि कीते वादे निभाए जाण, पंजाब दी बेहतरी वास्ते ओह जरूर निभाए जाण। बजू साहब जिहड़ा फार्मूला 44 तुसीं दस के आए हो, हां जी, थोड़ा जिहा हिंट सानूं दिओ कि की है ਲੀਡਰਸ਼ਿਪ ਚੇਂਜਸ ਦੇ ਬਾਰੇ ਹੈ ਜਾਂ ਅਕਮੋਡੇਟਿੰਗ ਦਾ ਪੀਪਲ ਹੈ? ਵੇਖੋ ਦੋਨੋਂ ਚੀਜ਼ਾਂ ਨੇ। ਗਵਰਨਮੈਂਟ ਚ ਕੀ ਕਮੀਆਂ ਪੇਸ਼ੀਆਂ ਨੇ, ਕਿਉਂਕਿ ਇਸ ਕਮੀ ਇਹ ਗਵਰਨਮੈਂਟ ਦੇ ਵਿੱਚ ਵੱਡੀ ਕਮੀ ਪੇਸ਼ੀ ਇਹ ਹੈ ਕਿ ਇਹਦੇ ਵਿੱਚ ਸਰਕਾਰੀ ਜਿਹੜੇ ਮੁਲਾਜ਼ਮ ਨੇ ਸਰਕਾਰੀ ਅਫਸਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਪੋਲੀਟੀਸ਼ੀਅਨਾਂ ਦਾ ਪ੍ਰਭਾਵ ਘੱਟ। ਇਸ ਤਰ੍ਹਾਂ ਹੀ ਪਾਰਟੀ ਦੀਆਂ ਜਿਹੜੀਆਂ ਕਮੀ ਪੇਸ਼ੀਆਂ ਆਰਗੇਨਾਈਜੇਸ਼ਨ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਦੂਰ ਕਰਨਾ ਜੇ ਲੋਕਾਂ ਵਿੱਚ ਜਾਣਾ, ਤੇ ਸਾਨੂੰ ਇਹ ਦੋਨੋਂ ਚੀਜ਼ਾਂ ਦੋਨੋਂ ਜਿਹੜੇ ਨੇ ਇਹ ਪਹੀਏ ਜਿਹੜੇ ਨੇ ਬਰਾਬਰ ਤੇ ਫੁੱਲ ਸਪੀਡ ਤੇ ਚਲਾਉਣੇ ਪੈਣੇ ਨੇ। ਨਾ ਮੈਂ ਮੰਤਰੀ ਆ ਨਾ ਮੈਂ MLA ਆ, ਸੋ ਮੈਂ ਇੱਕੋ ਗੱਲ ਕਹਿ ਰਿਹਾ ਕਿ ਜੋ ਤੁਸੀਂ ਕੀਤਾ ਸਪੈਸ਼ਲੀ ਗੁਰੂ ਨਾਲ ਕੀਤੇ ਵਾਅਦੇ ਉਹ ਕਰੋ, ਦੂਜੇ ਅਫਸਰਾਂ ਦਾ ਪ੍ਰਭਾਵ ਪੰਜਾਬ ਸਰਕਾਰ ਤੋਂ ਹਟਾਓ, ਜਿਹੜੇ ਐਂਟੀ ਪੰਜਾਬ ਪੰਜਾਬ ਦੇ ਇੰਟਰਸਟ ਦੇ ਖਿਲਾਫ ਕਰਨ ਵਾਲੇ ਅਫਸਰ ਨੇ ਉਹਨਾਂ ਨੂੰ ਇਹਨਾਂ ਤੋਂ ਸਾਨੂੰ ਲਾਂਭੇ ਕਰਨ ਦੀ ਲੋੜ ਹੈ। ਇਸ ਤੇ ਪ੍ਰੋ ਪੰਜਾਬ ਪੰਜਾਬ ਦੇ ਨਾਲ ਜਿਹੜੇ ਪਿਆਰ ਰੱਖਣ ਵਾਲੇ ਅਫਸਰ ਨੇ, ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ। ਜਿਹੜੇ ਲੋਕਾਂ ਦੇ ਕਾਰਨ ਅੱਜ ਅਸੀਂ ਬੇਅਦਬੀਆਂ ਦੇ ਕੇਸਾਂ ਵਿੱਚ ਜਾਂ ਡਰੱਗਸ ਦੇ ਕੇਸਿਸ ਦੇ ਵਿੱਚ ਡਿਲੇ ਹੋਏ ਨੇ, ਉਹਨਾਂ ਬੰਦਿਆਂ ਨੂੰ ਈਅਰ ਮਾਰਕ ਕਰਕੇ ਉਹਨਾਂ ਬੰਦਿਆਂ ਨੂੰ ਲਾਂਭੇ ਕੀਤਾ।